ਇਹ ਤਸਵੀਰਾਂ ਸੰਗਰੂਰ ਦੇ ਸ਼ਹਿਰ ਮੋਣਕ ਦੀਆਂ ਨੇ, ਜਿੱਥੇ ਦੀਵਾਲੀ ਤੋਂ ਪਹਿਲਾਂ ਸਿਹਤ ਵਿਭਾਗ ਦੀ ਟੀਮ ਨੇ ਹਲਵਾਈਆਂ ਦੀਆਂ ਦੁਕਾਨਾਂ 'ਤੇ ਛਾਪੇਮਾਰੀ ਕੀਤੀ ਹੈ। ਇਸ ਦੌਰਾਨ ਜਿੱਥੇ ਵੱਡੀ ਗਿਣਤੀ 'ਚ ਸਿਹਤ ਵਿਭਾਗ ਨੂੰ ਕਿਸੇ ਵੀ ਹਲਵਾਈ ਕੋਲ ਲਾਇਸੈਂਸ ਨਾ ਮਿਲਿਆ, ਤਾਂ ਉੱਥੇ ਹੀ ਮਿਠਾਈਆਂ ਵੀ ਅਜਿਹੀਆਂ ਜਿਸ ਨੂੰ ਖਾਣ ਨਾਲ ਬੰਦੇ ਨੂੰ ਕੁਝ ਵੀ ਹੋ ਸਕਦਾ ਹੈ। ਜਿਸ ਤੋਂ ਬਾਅਦ ਸਥਾਨਕ ਲੋਕਾਂ 'ਚ ਚਰਚਾ ਛਿੜ ਗਈ ਹੈ ਕਿ ਪੂਰੇ ਸ਼ਹਿਰ 'ਚ ਹੀ ਅਜਿਹੀਆਂ ਬੰਦੇ ਮਾਰਨ ਵਾਲੀਆਂ ਮਿਠਾਈ ਦੀਆਂ ਫੈਕਟਰੀਆਂ ਸ਼ਰੇਆਮ ਚੱਲ ਰਹੀਆਂ ਨੇ। ਇਸ ਮੌਕੇ ਜਿੱਥੇ ਘਟੀਆ ਕਿਸਮ ਦੀਆਂ ਬੰਦਾਮਾਰ ਮਿਠਾਈਆਂ ਨਸ਼ਟ ਕਰਵਾਈਆਂ ਗਈਆਂ, ਉੱਥੇ ਹੀ ਦੇਖਦੇ ਹੀ ਮੂੰਹ 'ਚ ਪਾਣੀ ਲਿਆਉਣ ਵਾਲੀਆਂ ਇਹਨਾਂ ਚਮਚਮਾਂ ਨੂੰ ਵੀ ਖਾਸ ਤੌਰ 'ਤੇ ਨਸ਼ਟ ਕੀਤਾ ਗਿਆ। ਅੱਜ ਮੂਨਕ 'ਚ ਰੇਡ ਕੀਤੀ ਹੈ, ਅਸੀਂ ਜੁਆਇੰਟ ਰੇਡ ਹੈ ਪੁਲਿਸ ਟੀਮ ਅਤੇ ਹੈਲਥ ਡਿਪਾਰਟਮੈਂਟ ਦੀ। ਹੋਟਲਸ ਦਾ ਕੋਈ ਨਹੀਂ ਰੇਡ ਕੀਤੇ ਹੈਗੇ, ਸਵੀਟ ਸ਼ੋਪਸ ਐਂਡ ਡੇਅਰੀਜ਼ 'ਤੇ ਰੇਡ ਕੀਤੀ ਹੈ। ਟੋਟਲ 6 ਸੈਂਪਲਸ ਕਲੈਕਟ ਕੀਤੇ ਨੇ ਹੁਣ ਤੱਕ, ਕਿਸੇ ਕੋਲ ਵੀ ਲਾਇਸੈਂਸ ਨਹੀਂ। ਲਾਇਸੈਂਸ ਦੇ ਉੱਪਰ ਤਾਂ ਇੱਕ ਵਾਰੀ ਰਿਪੋਰਟ ਆਉਣ 'ਤੇ ਇਹਨਾਂ ਨੂੰ ਵਾਰਨਿੰਗ ਦਿੱਤੀ ਹੋਈ ਹੈ, ਵੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਨੈਕਸਟ ਪ੍ਰੋਸੀਡਿੰਗਸ ਹੋਣਗੀਆਂ। ਹਾਂਜੀ, ਅੱਜ ਡਿਸਟਰੋਏ ਕਰਵਾਇਆ ਇੱਥੇ ਨੀਅਰ ਅਬਾਊਟ 80 ਕੇਜੀ ਪਿੰਕ ਚਮਚਮ ਹੈ, ਜੋ ਕਿ ਐਕਟ ਦੇ ਅਕੋਰਡਿੰਗਲੀ ਕਲਰ ਅਲਾਊਡ ਨਹੀਂ ਨੇ, ਤਾਂ ਕਰਕੇ ਉਹ ਡਿਸਟਰੋਏ ਕਰਵਾਈ ਗਈ ਹੈ। ਨਹੀਂ, ਜਿਹੜੀਆਂ ਸਾਡੀਆਂ ਰੇਡਸ ਨੇ ਉਹ ਰੂਟੀਨ ਹੁੰਦੀਆਂ, ਔਰ ਡਿਸਟਰੋਏ ਵੀ ਰੂਟੀਨ 'ਚ ਹੁੰਦਾ। ਅਜਿਹੀਆਂ ਰੇਡਾਂ ਬੇਸ਼ੱਕ ਦੀਵਾਲੀ ਤੋਂ ਪਹਿਲਾਂ ਜ਼ਿਆਦਾ ਹੁੰਦੀਆਂ ਨੇ, ਪਰ ਸਿਹਤ ਵਿਭਾਗ ਨਾਲ ਸੰਵਾਦ ਕਰਨ ਵਾਲੇ ਲੋਕ ਤਾਂ ਸਾਰਾ ਸਾਲ ਬੰਦੇ ਮਾਰਨ ਵਾਲੀਆਂ ਭਾਲ ਆਮ ਬਣਾਉਂਦੇ। ਟੀਵੀ ਪੰਜਾਬੀ ਲਈ ਮਨਮਿੰਦਰ ਸਿੰਘ ਦੀ ਰਿਪੋਰਟ।